ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਤਰਨ ਤਾਰਨ ਸਾਹਿਬ ਜੀ। ਸੰਗਤ ਜੀ, ਨਾਲ ਹੀ ਆਪ ਜੀ ਨੂੰ ਇਸ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਵਾਂਗੇ। ਇਹ ਦਰਸ਼ਨੀ ਦਿਉੜੀ ਹੈ ਸੰਗਤ ਜੀ, ਜੋ ਬਹੁਤ ਹੀ ਪੁਰਾਤਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮੇਂ ਤੋਂ ਹੀ ਪੁਰਾਤਨ ਬਣੀ ਹੋਈ ਹੈ, ਜਿਸ ਨੂੰ ਕਈ ਵਾਰ ਢਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ, ਪਰ ਸੰਗਤਾਂ ਨੇ ਇਸ ਨੂੰ ਢਾਉਣ ਨਹੀਂ ਦਿੱਤਾ। ਬਹੁਤ ਹੀ ਪੁਰਾਣੀ ਅਤੇ ਬਹੁਤ ਹੀ ਇਤਿਹਾਸਕ ਇਸ ਦਰਸ਼ਨੀ ਡਿਉੜੀ ਦੇ ਆਪ ਜੀ ਨੇ ਦਰਸ਼ਨ ਕੀਤੇ ਨੇ। ਸੰਗਤ ਜੀ, ਅੱਜ ਆਪ ਜੀ ਨੂੰ ਇਸ ਇਤਿਹਾਸ ਦੇ ਨਾਲ ਨਾਲ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ, ਅਤੇ ਨਾਲ ਹੀ ਗੁਰਦੁਆਰਾ ਸਾਹਿਬ ਜੀ ਦੇ ਦਰਬਾਰ ਸਾਹਿਬ ਦੇ, ਨਾਲ ਹੀ ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਆਪ ਜੀ ਨੂੰ ਦਰਸ਼ਨ ਕਰਾਵਾਂਗੇ। ਸੰਗਤ ਜੀ, ਇੱਕ ਹੋਰ ਗੱਲ ਹੈ ਕਿ ਇੱਥੇ ਜਿਹੜਾ ਸਰੋਵਰ ਹੈ ਉਹ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਸਰੋਵਰ ਗਿਣਿਆ ਜਾਂਦਾ ਹੈ। ਤਕਰੀਬਨ 17 ਕਿੱਲੇ ਅਤੇ 5 ਕਨਾਲ ਦੇ ਵਿੱਚ ਇਹ ਸਰੋਵਰ ਹੈ ਅਤੇ ਬਹੁਤ ਹੀ ਵਿਸ਼ਾਲ ਹੈ। ਆਪ ਦਰਸ਼ਨ ਕਰ ਰਹੇ ਹੋ ਹੁਣ ਦਰਬਾਰ ਦੇ, ਜੋ ਕਿ ਬਹੁਤ ਹੀ ਸੁੰਦਰ ਮੀਨਾਕਾਰੀ ਅਤੇ ਸੋਨੇ ਦੇ ਨਾਲ ਜੜਤ ਹੈ। ਸੰਗਤ ਜੀ, ਇਹ ਦਰਬਾਰ ਦੀ ਸੇਵਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਰਾਈ ਸੀ। ਬਾਅਦ ਦੇ ਵਿੱਚ ਜਿਹੜੀ ਮੀਨਾਕਾਰੀ ਹੈ ਇਹ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕਰਿੰਦੇ ਤੋਂ ਕਰਾਈ ਸੀ। ਅਤੇ ਇਸ ਦਰਬਾਰ ਸਾਹਿਬ ਨੂੰ ਦਰਸ਼ਨ ਕਰਦੇ ਰਹੋ ਅਤੇ ਨਾਲ ਹੀ ਪੂਰੇ ਇਤਿਹਾਸ ਦੀ ਲੜੀ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ ਅਤੇ ਸਰਵਣ ਕਰਦੇ ਰਹੋ। ਸੰਗਤ ਜੀ, ਇਸ ਨਗਰੀ ਨੂੰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਹੱਥਾਂ ਦੇ ਨਾਲ ਵਸਾਇਆ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ 500 ਸਾਲਾ ਸ਼ਹੀਦੀ ਦਿਹਾੜੇ 'ਤੇ ਭਾਵ 16 ਜੂਨ 2006 ਨੂੰ ਤਰਨ ਤਾਰਨ ਜ਼ਿਲ੍ਹਾ ਬਣਨ ਦਾ ਵੀ ਮਾਣ ਹਾਸਲ ਹੋਇਆ। ਬਹੁਤ ਹੀ ਸੁੰਦਰ ਅੰਦਰ ਦਾ ਨਜ਼ਾਰਾ ਗੁਰਾਗੀ ਸਿੰਘ ਕੀਰਤਨ ਕਰਦੇ ਨੇ, ਮਨ ਆਨੰਦਿਤ ਹੋ ਜਾਂਦਾ ਹੈ, ਸੁਣ ਕੇ ਰੂਹ ਨੂੰ ਸਕੂਨ ਆਉਂਦਾ। ਕਦੇ ਸਮਾਂ ਮਿਲੇ ਤਾਂ ਜ਼ਰੂਰ ਆਓ ਤਰਨ ਤਾਰਨ ਦਰਬਾਰ ਸਾਹਿਬ। ਸੰਗਤ ਜੀ, ਇਸ ਨਗਰੀ ਨੂੰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਖਾਰਾ ਅਤੇ ਪਲਾਸੌਰ ਦੇ ਨਾਲ ਇੱਕ ਢਾਬ ਸੀ, ਪਿੰਡ ਦੇ ਲੋਕਾਂ ਨੂੰ ਰਜਾਮੰਦ ਕਰਕੇ 1,57,000 ਰੁਪਏ ਦੇ ਵਿੱਚ ਇਸ ਜਗ੍ਹਾ ਨੂੰ ਖਰੀਦਿਆ। 29 ਅਪ੍ਰੈਲ 1590 ਨੂੰ ਪਵਿੱਤਰ ਸਰੋਵਰ ਦੀ ਖੁਦਾਈ ਸ਼ੁਰੂ ਕਰਵਾ ਦਿੱਤੀ, ਜੋ ਤਕਰੀਬਨ 6 ਸਾਲਾਂ ਦੇ ਵਿੱਚ ਸੰਪੂਰਨ ਹੋਈ। ਬਾਬਾ ਬੁੱਢਾ ਜੀ ਤੋਂ ਅਰਦਾਸ ਕਰਵਾ ਕੇ 1596 ਨੂੰ ਸ੍ਰੀ ਦਰਬਾਰ ਸਾਹਿਬ ਅਤੇ ਨਗਰ ਦੀ ਨੀਂਹ ਰੱਖੀ, ਆਪਣੇ ਆਲੇ ਦੁਆਲੇ ਦੇ ਪਿੰਡਾਂ ਨੂੰ ਵਸਾਉਣ ਦੇ ਵਾਸਤੇ ਲੋਕਾਂ ਨੂੰ ਜਗ੍ਹਾ ਦਿੱਤੀ, ਬੁੰਗਿਆਂ ਮਕਾਨਾਂ ਦੁਕਾਨਾਂ ਦੇ ਵਾਸਤੇ ਜ਼ਮੀਨ ਦਿੱਤੀ। ਇਹ ਦੁਨੀਆ ਦਾ ਸਭ ਤੋਂ ਵੱਡਾ ਸਰੋਵਰ ਹੈ ਸੰਗਤ ਜੀ, 17 ਕਿੱਲੇ ਅਤੇ 5 ਕਨਾਲਾਂ ਦੇ ਵਿੱਚ ਇਹ ਸਰੋਵਰ ਹੈ। 1596 ਨੂੰ ਜਦੋਂ ਸਰੋਵਰ ਨੂੰ ਪੱਕਾ ਕਰਨ ਲਈ ਗੁਰੂ ਮਹਾਰਾਜ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ ਇੱਟਾਂ ਬਣਾਉਣ ਲਈ ਆਵੇ ਲਗਾਏ, ਜਿਹਨੂੰ ਅਸੀਂ ਅੱਜ ਭੱਠਾ ਕਹਿ ਦਿੰਦੇ ਹਾਂ ਕਿ ਭੱਠੇ ਲਗਵਾਏ, ਇੱਟਾਂ ਜਦੋਂ ਬਣ ਕੇ ਤਿਆਰ ਹੋਈਆਂ ਅਤੇ ਇਸ ਕੰਮ ਵਿੱਚ ਜ਼ਾਲਮ ਅਮੀਰ ਦੀਨ ਸਰਾਏ ਨੂਰਦੀਨ ਨੇ ਰੁਕਾਵਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਉਹ ਸਰਾਂ ਬਣਾ ਰਿਹਾ ਸੀ ਤਾਂ ਇੱਥੋਂ ਇੱਟਾਂ ਚੱਕ ਕੇ ਲੈ ਗਿਆ। ਫਿਰ ਸਿੱਖਾਂ ਦੇ ਰਾਜ ਆਉਣ ਦੇ ਸਮੇਂ ਨੂਰਦੀਨ ਦੀ ਸਰਾਂ ਨੂੰ ਢਾਹ ਕੇ ਦੁਬਾਰਾ ਇੱਟਾਂ ਲੈ ਕੇ ਆਏ। ਸੰਗਤ ਜੀ, 1766 ਵਿੱਚ ਜੱਸਾ ਸਿੰਘ ਰਾਮਗੜੀਏ ਨੇ ਸਰੋਵਰ ਦੇ ਦੋਵੇਂ ਪਾਸੇ ਪੱਕੇ ਕਰਵਾਏ। ਬਾਕੀ ਦੇ ਸਰੋਵਰ ਦੇ ਜਿਹੜੇ ਦੋ ਪਾਸੇ ਸਨ, ਦਰਬਾਰ ਸਾਹਿਬ ਦੀ ਤਿਆਰੀ ਅਤੇ ਸੋਨੇ ਅਤੇ ਮੀਨਾਕਾਰ ਦੀ ਸੇਵਾ, ਜਿਹੜੀ ਆਪਾਂ ਪਹਿਲਾਂ ਦੱਸਿਆ ਹੈ ਆਪ ਜੀ ਨੂੰ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕਰਿੰਦੇ ਮੋਤੀ ਰਾਮ ਦੇ ਰਾਹੀਂ ਕਰਵਾਈ ਸੀ। ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਨੌ ਨਿਹਾਲ ਨੇ ਸਰੋਵਰ ਦੀ ਪਰਿਕਰਮਾ ਜਿਹੜੀ ਹੈ ਉਹ ਪੱਕੀ ਕਰਵਾਈ। ਪਰਿਕਰਮਾ ਦੇ ਨਾਲ 156 ਫੁੱਟ 6 ਇੰਚ ਉੱਚਾ ਜੋ ਮੀਨਾਰ ਹੈ ਉਹ ਤਿਆਰ ਕਰਵਾਇਆ। ਸੰਗਤ ਜੀ, ਇਸ ਸਰੋਵਰ ਨੂੰ ਦੁੱਖ ਨਿਵਾਰਨ ਵੀ ਕਿਹਾ ਜਾਂਦਾ। ਮੁਰਾਦਪੁਰ ਦਾ ਚੌਧਰੀ ਕੋਹੜੀ ਹੋ ਗਿਆ,
ਉਸ ਨੂੰ ਜਲਾਉਣ ਦੇ ਵਾਸਤੇ ਜਿੰਦੇ ਨੂੰ ਲੈ ਕੇ ਜਾ ਰਹੇ ਸਨ ਲੋਕ। ਤਾਂ ਗੁਰੂ ਅਰਜਨ ਦੇਵ ਮਹਾਰਾਜ ਦੀ ਨਿਗਾਹ ਪਈ, ਉਹਨੇ ਪੁੱਛਿਆ ਭਾਈ ਇਸ ਚੌਧਰੀ ਨੂੰ ਕਿੱਥੇ ਲੈ ਕੇ ਜਾ ਰਹੇ ਹੋ? ਅਤੇ ਗੁਰੂ ਮਹਾਰਾਜ ਜੀ ਨੂੰ ਉਹ ਕਹਿਣ ਲੱਗੇ ਕਿ ਅਸੀਂ ਇਸ ਨੂੰ ਜਲਾਉਣ ਜਾ ਰਹੇ ਹਾਂ ਕਿਉਂਕਿ ਕੋਹੜੀ ਹੋ ਗਿਆ। ਗੁਰੂ ਜੀ ਨੇ ਉਹਨਾਂ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਿਆ, ਉਸ ਨੂੰ ਸਰੋਵਰ ਦੇ ਵਿੱਚ ਇਸ਼ਨਾਨ ਕਰਵਾਇਆ, ਉਸ ਦੀ ਮਰਮ ਪੱਟੀ ਕੀਤੀ, ਉਹ ਨੌਂ ਬਰ ਨੌਂ ਹੋ ਗਿਆ। ਇਸ ਸਰੋਵਰ ਦਾ ਨਾਮ ਦੁੱਖ ਨਿਵਾਰਨ ਪਿਆ। ਇੱਥੇ ਕੋਹੜੀਆਂ ਦੇ ਇਲਾਜ ਕੀਤੇ ਜਾਂਦੇ ਸਨ, ਦੁਖੀਆਂ ਦੇ ਦਰਦ ਦੂਰ ਕੀਤੇ ਜਾਂਦੇ। ਅੱਜ ਵੀ ਜੇ ਕੋਈ ਸ਼ਰਧਾ ਦੇ ਨਾਲ ਇਸ਼ਨਾਨ ਕਰਦਾ ਤਾਂ ਉਹਦੇ ਦੁੱਖ ਦੂਰ ਹੁੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।